ਮੈਂ ਹੱਥ ਜੋੜ ਬੇਨਤੀ ਕਰਾਂ ਮੇਰੇ ਕੌਮ ਦੇ ਯੋਧਿਓ ਓਏ ਅਮਰਤ ਸ਼ਕੋ ਪਾਵੇਂ ਨਾ ਸ਼ਕੋ ਪਰ ਹੱਥ ਜੋੜ ਬੇਨਤੀ ਕਰਾ ਆਪਣੇ ਸਰੂਪ ਨੂੰ ਸੰਭਲੋ ਆਪਣੇ ਕੇਸਾਂ ਨੂੰ ਸੰਭਲੋ ਇੱਕ ਵੀ ਸੂਰਮਾ ਜਿਹੜਾ ਖੜਾ ਕਵੇ ਮਹਾਰਾਜ ਮੈਂ ਕਦੇ ਆਪਣੇ ਕੇਸ ਨਹੀਂ ਕਟਾਵਾਂਗਾ ਅਮਰ ਦੀ ਗੱਲ ਨਹੀਂ ਕਰਦਾ ਇੱਕ ਵੀ ਹੈ ਗੁਰੂ ਕਾ ਪਿਆਰਾ ਜਿਹੜਾ ਗੁਰੂ ਨੂੰ ਅੱਜ ਬਾਹ ਫੜਾਵੇ ਵੇਖਾਂ ਤੁਹਾਡੇ ਅੰਦਰ ਕੌਮ ਦਾ ਕਿੰਨਾ ਕੁ ਦਰਦ ਉਹ ਵੇਖਾਂ ਤੁਹਾਡੇ ਅੰਦਰ ਕੌਮ ਦਾ ਕਿੰਨਾ ਕੁ ਪਿਆਰ ਹੈ ਆ ਜੀਹਨਾਂ ਦੇ ਵਿੱਚ ਕੋਈ ਜਿਉਂਦਾ ਯੋਧਾ ਮੈਂ ਵੀ ਕਲੀਨ ਸ਼ੈਫ ਜੀ ਸਿਰੇ ਦਾ ਨਸ਼ੇੜੀ ਸੀ ਆ ਮੇਰੇ ਪਿਓ ਨੇ ਗਾਤਰੇ ਕਿਰਪਾਨ ਪਾਈ ਅੱਜ ਦੁਨੀਆ ਜਾਣਦੀ ਆ ਤੇ ਜੇ ਉਦੋਂ ਮਰ ਜਾਂਦੇ ਕੁੱਤੇ ਦੀ ਮੌਤ ਅੱਜ ਮਰਾਂਗੇ ਚਾਰ ਤੁਹਾਡੇ ਲਈ ਭਰਾ ਰੋਣ ਨੂੰ ਬੈਠੇ ਨੇ ਭਾਜੀ ਸਰਪਾਣਾ ਦੇਓ ਜੀ ਮਾਫੀ ਮੰਗਾਗਾ ਮੈਂ ਸਰਪਾਣਾ ਰੰਦ ਪਲੀਜ਼ ਮੇਰੀ ਬੇਨਤੀ ਹੈ ਮੇਰੀ ੜੀ ਔਕਾਤ ਨਹੀਂ ਮੈਂ ਇਸ ਸਰਪਾਉ ਦਾ ਹੱਕਦਾਰ ਰਹੀ ਹਾਂ ਜਿਸ ਦਿਨ ਕੋਈ ਕੌਮ ਵਾਸਤੇ ਕੁਰਬਾਨੀ ਹੋਊਗੀ ਆਪ ਮੰਗ ਲਵਾਂਗੇ ਅਜੇ ਸਾਡੀ ਕੌਮ ਵਾਸਤੇ ਕੋਈ ਐਡਾਂ ਦੀ ਦਾਤ ਨਹੀਂ ਕੋਈ ਦਿਨ ਨਹੀਂ ਤੇ ਅਸੀਂ ਇਸ ਸਰਪਾਉ ਦੇ ਹੱਕਦਾਰ ਹਾਂ ਇਹ ਬੜਾ ਇਹ ਬੜਾ ਕੀਮਤੀ ਹੈ ਇਹਨਾਂ ਨੂੰ ਸਿੱਖਾਂ ਤੋਂ ਡਰਦੀ ਲੱਗਦਾ ਇਹਨਾਂ ਨੂੰ ਡਰ ਲੱਗਦਾ ਤੁਹਾਡੇ ਸਿੱਖੀ ਕਿਰਦਾਰ ਤੋਂ ਸਿੱਖਾਂ ਤੋਂ ਡਰ ਨਹੀਂ ਇਹਨਾਂ ਨੂੰ ਡਰ ਤੁਹਾਡੇ ਸਰੂਪ ਤੋਂ ਆ ਵੀਰ ਬੈਠਾ ਪਾ ਮੇਰਾ ਮਾਲ ਬੰਨੇ ਆ ਇਹ ਵੀ ਸਿੱਖ ਹੈ ਪਰ ਨਹੀਂ ਡਰਨਗੇ ਦੇਖੋ ਕਿਹੜਾ ਯੋਧਾ ਹੈ ਜਿਹੜਾ ਕਵੇ ਗੁਰੂ ਜੀ ਆ ਫੜਾਈ ਬਾ ਮੈਂ ਤੁਹਾਨੂੰ ਅੱਜ ਮੈਂ ਅੱਜ ਤੋਂ ਬਾਅਦ ਨਾਈ ਦੀ ਦੁਕਾਨ ਤੇ ਜਾਂਦਾ ਇੱਕ ਵੀ ਮੈਂ ਵੇਖਾਂ ਇਸ ਕੱਟ 'ਚ ਇੱਕ ਵੀ ਇੱਕ ਵੀ ਪਿਆਰਾ ਹੈ ਗੁਰੂ ਨੂੰ ਪਿਆਰ ਕਰਨ ਵਾਲਾ ਜਿਹੜਾ ਕਵੇ ਮੈਂ ਦਾੜੀ ਨਹੀਂ ਕਟਾਉਂਦਾ ਕਿਰਦਾਰਾਂ ਦੀ ਗੱਲ ਕਰਦੇ ਆ ਜਿਹੜੇ ਕਰਤਾਰ ਨੂੰ ਜਿਹੜੀ ਪੱਗ ਨੂੰ ਵੇਖ ਕੇ ਤਦੇ ਲੋਕ ਕਹਿੰਦੇ ਸੀ ਆਗੇ ਨਿਹੰਗ ਬੀਬੀ ਬੂਹਾ ਖੋਲ ਨਸਾਂਗ ਹਿੰਦੂਆਂ ਦੀਆਂ ਮੁਸਲਮਾਨਾਂ ਦੀਆਂ ਧੀਆਂ ਨਿਹੰਗ ਸਿੰਘਾਂ ਨੂੰ ਬਾਣੀ ਬਾਣੇ ਵਾਲੇ ਨੂੰ ਵੇਖ ਕੇ ਫਕਰ ਮਹਿਸੂਸ ਕਰਦੀਆਂ ਸੀ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੀਆਂ ਸੀ ਅੱਜ ਉਹ ਤੁਹਾਡੀ ਪੱਕ ਤੋਂ ਤੁਹਾਡੀਆਂ ਹੀ ਧੀਆਂ ਡਰਦੀਆਂ ਨੇ ਤੁਹਾਡੀ ਦਸਤਾਰ ਤੋਂ ਤੁਹਾਡੀਆਂ ਕੌਮ ਦੀਆਂ ਬੱਚੀਆਂ ਡਰਦੀਆਂ ਨੇ ਕਿਉਂ ਇਸ ਪੱਗ ਦਾ ਰੂਪ ਬਦਲਤਾ ਵੀ ਪਰਾਂ ਹੋ ਜਾ ਬੀਬੀਏ ਪਰਾਂਦੇ ਵਾਲੀਏ ਆਗੇ ਪੱਕਾ ਪੋਚਮੀਆਂ ਵਾਲੇ ਆਹ ਕਿਰਦਾਰ ਹੈ ਤੁਹਾਡਾ ਜਵਾਬ ਦਿਓ ਤੁਹਾਡੀ ਕੌਮ ਦਾ ਇਹ ਕਿਰਦਾਰ ਹੈ ਇਹ ਪੱਗ ਤੁਹਾਨੂੰ ਇਹਦੇ ਕਰਕੇ ਮਿਲੀ ਐ ਵੀ ਕਰ ਬਲੌੜੀ ਅੱਖਾਂ ਸਾਹਮਣੇ ਮਿੱਤਰਾ ਨੇ ਪੱਗ ਬੰਨਣੀ ਜਵਾਬ ਦਿਓ ਜੀ ਵੀ ਪੱਗ ਅੱਖਾਂ 'ਚ ਵੇਖ ਕੇ ਬੰਨਣਾਗੇ ਕਿਸੇ ਧੀ ਪਹਿਣ ਦੀਆਂ 'ਚ ਇਹ ਪੱਗ ਕਿਵੇਂ ਮਿਲੀ ਆ ਇਹ ਦਸਤਾਰ ਕਿਵੇਂ ਮਿਲੀ ਆ ਇਹ ਜਿਹੜੀ ਕੁਰਬਾਨੀਆਂ ਨਾਲ ਮਿਲੀ ਆ ਇਹਨੂੰ ਗਲੀਆਂ 'ਚ ਰੋਗ ਲਾਂਗੇ ਸ਼ਰਾਬ ਪੀਤੀ ਹੁੰਦੀ ਆ ਪੱਗ ਕੱਚ ਵਿੱਚ ਹੁੰਦੀ ਆ ਤੇ ਨਾਲ ਹੀ ਜਿੱਡਾ ਹੁੰਦਾ ਆ ਆ ਆ ਕਰਤਾਰ ਰਹਿ ਗਿਆ ਕਾਮ ਦਾ ਸਾਨੂੰ ਪਛਾਣਨਾ ਪੈਣਾ ਵੀ ਸਾਡਾ ਸੰਘਰਸ਼ ਕੀ ਹੈ ਸਾਨੂੰ ਪਛਾਣਨਾ ਪੈਣਾ ਸਾਡੀ ਲੜਾਈ ਕੀ ਆਹੀ ਪਛਾਣ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਆ ਗਈ ਸੀ ਉਹਨਾਂ ਨੇ ਇੱਕੋ ਗੱਲ ਕਹੀ ਸੀ ਗੁਲਾਮੀ ਗੜਾਂ ਲਾਉਣੀ ਪੈਣੀ ਜਿਸ ਦਿਨ ਤੁਹਾਨੂੰ ਗੁਰੂ ਪਾਤਸ਼ਾਹ ਤੇ ਭਰੋਸਾ ਹੋ ਗਿਆ ਜਿਸ ਦਿਨ ਤੁਹਾਨੂੰ ਗੁਰੂ ਪਾਤਸ਼ਾਹ ਦੀ ਬਾਣੀ ਤੇ ਭਰੋਸਾ ਹੋ ਗਿਆ ਜਿਸ ਦਿਨ ਤੁਹਾਨੂੰ ਬਾਣੇ ਤੇ ਭਰੋਸਾ ਆ ਗਿਆ ਜਿਸ ਦਿਨ ਤੁਸੀਂ ਆਪਣੇ ਸਰੂਪ ਨੂੰ ਮੈਂ ਗੱਲ ਬੇਨਤੀ ਕਰਦੇ ਵਾਂ ਤੁਹਾਨੂੰ ਤੁਸੀਂ ਕੀ ਸੋਚਦੇ ਹੋ ਇਹਨਾਂ ਨੂੰ ਸਿੱਖਾਂ ਤੋਂ ਡਰ ਲੱਗਦਾ ਨਹੀਂ ਇਹਨਾਂ ਨੂੰ ਸਿੱਖਾਂ ਤੋਂ ਡਰ ਨਹੀਂ ਲੱਗਦਾ ਇਹਨਾਂ ਨੂੰ ਡਰ ਲੱਗਦਾ ਤੁਹਾਡੇ ਸਿੱਖੀ ਕਿਰਦਾਰ ਤੋਂ ਸਿੱਖਾਂ ਤੋਂ ਡਰ ਨਹੀਂ ਇਹਨਾਂ ਨੂੰ ਡਰ ਹੈ ਤੁਹਾਡੇ ਸਰੂਪ ਤੋਂ ਆਹ ਵੀਰ ਬੈਠਾ ਪਾ ਮੇਰਾ ਮਾਲ ਬੰਨਿਆ ਇਹ ਵੀ ਸਿੱਖ ਹੈ ਪਰ ਨਹੀਂ ਡਰਨਗੇ ਦੇ ਕੋਲ ਉਹ ਵੀਰ ਬੈਠਿਆ ਹੈ ਉਹ ਵੀ ਸਿੱਖ ਹੈ ਭਾਵੇਂ ਦਾੜੀ ਕਟਾਈ ਹੈ ਉਹਦੇ ਕੋਲੋਂ ਮੈਂ ਡਰਨਗੇ ਹੈ ਉਹ ਵੀ ਸਿੱਖ ਹੈ ਮੈਂ ਗੱਲ ਕਵਾਂ ਮੀਰਾ ਨੂੰ ਜ਼ਰੂਰੀ ਨਹੀਂ ਵੀ ਮੈਂ ਗੱਤਰੇ ਕਿਰਪਾਨ ਪਾਈਏ ਤੇ ਮੈਂ ਇਹਨਾਂ ਤੋਂ ਚੰਗਾ ਹਾਂ ਇਹ ਵੀ ਜ਼ਰੂਰੀ ਨਹੀਂ ਇਹ ਮੇਰੇ ਤੋਂ ਵੀ ਚੰਗੇ ਹੋ ਸਕਦੇ ਇਹਨਾਂ ਅੰਦਰ ਕੌਮ ਦਾ ਦਰਦ ਮੇਰੇ ਤੋਂ ਵੀ ਵੱਧ ਹੋ ਸਕਦਾ ਪਰ ਸਚਾਈ ਇਹ ਹੈ ਉਹਨਾਂ ਨੂੰ ਡਰ ਤੁਹਾਡੇ ਸਰੂਪ ਤੋਂ ਆ ਪਿੱਛੇ ਚ ਖਬਰ ਸੁਣੀ ਨਾ ਪੰਜਾਬ ਦੇ ਵਿੱਚ ਇੱਕ ਨਿਹੰਗ ਸਿੰਘ ਗਿਆ ਵੋਟ ਪਾਉਣ ਤਿਰਪਾਨ ਫੜੀ ਸੀ ਨਾ ਉਹਨੂੰ ਵੋਟ ਨਹੀਂ ਦਿੱਤੀ ਪਾਣ ਉਹਨੂੰ ਰੋਕਿਆ ਗਿਆ ਨਾ ਉਸੇ ਜਗ੍ਹਾ ਤੇ ਇੱਕ ਵੋਟ ਪਾਉਣ ਗਿਆ ਵਿਆਹ ਵਾਲਾ ਮੁੰਡਾ ਉਹਦੇ ਹੱਥ 'ਚ ਕੀ ਸੀ ਉਹਦੇ ਹੱਥ 'ਚ ਕੀ ਸੀ ਕਿਰਪਾਨ ਉਹਦੇ ਕੋਲੋਂ ਡਰ ਨਹੀਂ ਲੱਗਿਆ ਕਿਉਂਕਿ ਉਹਨੇ ਦਾੜੀ ਕੱਟੀ ਸੀ ਉਹਨੇ ਸ਼ੌਂਕ ਨੂੰ ਫੜੀ ਸੀ ਕਿਰਪਾਨ ਉਹ ਕਿਰਪਾਨ ਫੜ ਕੇ ਵੋਟ ਪਾਣ ਜਾ ਸਕਦਾ ਪਰ ਜਿਹੜਾ ਇਸ ਕੌਮ ਦੀ ਗੱਲ ਕਰਦਾ ਬਾਣੀ ਤੇ ਬਾਣੀ ਦੀ ਗੱਲ ਕਰਦਾ ਉਹਨੂੰ ਰੋਕਿਆ ਗਿਆ ਵੋਟ ਪੰਦ ਕਿਉਂ ਕਿ ਖਤਰਾ ਉਹਨਾਂ ਨੂੰ ਤੁਹਾਡੇ ਸਰੂਪ ਤੋਂ ਹੈ ਤੁਹਾਡੀ ਸੋਚ ਤੋਂ ਇਸ ਹੋਣ ਤੋਂ ਖਤਰਾ ਹੈ ਕਿਉਂ ਨਾ ਕਰੀਏ ਉਸ ਰਾਜੇ ਦੀ ਗੱਲ ਕਿਉਂ ਨਾ ਕਰੀਓ ਉਸ ਰਾਜ ਦੀ ਗੱਲ ਗੁਰੂ ਤੁਹਾਡਾ ਤੇ ਪਿਓ ਸੀ ਜਿਹੜਾ ਦੋ ਮੌਕੇ ਪਹਿਲਾਂ ਦੁਸ਼ਮਣ ਨੂੰ ਦਿੰਦਾ ਸੀ ਰਾਜੇ ਹਰੀਚੰਦ ਨੂੰ ਦਿੱਤਾ ਨਾ ਹਰੀ ਸਿੰਘ ਨੂੰ ਰਾਜੇ ਨੂੰ ਵੀ ਲੈ ਪਹਿਲਾ ਵਾਰ ਤੈਨੂੰ ਦਿੱਤਾ ਤੂੰ ਕਰ ਵਾਰ ਤੂੰ ਕਰ ਤੈਨੂੰ ਦਿੱਤਾ ਮੌਕਾ ਵਾਰ ਖਾਲੀ ਗਿਆ ਕਹਿੰਦੇ ਚੱਲੇ ਕੋ ਹੋਰ ਕੱਲ ਤੇਰੇ ਮਨ ਵਿੱਚ ਕਿਤੇ ਹਸਦ ਨਾ ਰਹਿ ਜਾਏ ਤੇਰੇ ਮਨ ਜਿੱਤੇ ਵਹਿਮ ਸ਼ੰਕਾ ਨਾ ਰਹਿ ਜਾਏ ਚੱਲ ਕਰ ਵਾਰ ਦੋਜਾ ਵਾਰ ਫਿਰ ਕੀਤਾ ਖਾਲੀ ਗਿਆ ਤੀਜਾ ਵਾਰ ਮੇਰੇ ਪਿਓ ਨੇ ਕੀਤਾ ਤੇ ਕੰਨ ਥਾਈਂ ਕੱਢ ਕੇ ਉਹਦਾ ਭੋਗ ਪਾਤਾ ਬਸ ਫਰਕ ਇੰਨਾ ਵੀ ਤੁਸੀਂ ਤੀਜਾ ਵਾਰ ਕਰ ਨਹੀਂ 파ਰੇ ਤੁਸੀਂ ਦੁਸ਼ਮਣ ਨੇ ਮੌਕੇ ਦੇਰ ਵੀ ਆ ਲੈ ਮਾਰ ਚਪੇੜ ਮਾਰ ਤੁਸੀਂ ਗਾਂਧੀ ਬਣ ਗਏ ਗਾਂਧੀ ਕਹਿੰਦੇ ਸੀ ਨਾ ਵੀ ਪਰਮ ਅਹਿੰਸਾ ਪਰਮ ਧਰਮਾ ਵੀ ਜਿਹੜਾ ਅਹਿੰਸਾ ਸਾਡਾ ਜਿਹੜਾ ਆ ਉਹ ਸਾਡਾ ਪਰਮ ਧਰਮ ਹੈ ਕੀ ਹੈ ਇੱਕ ਗੱਲ ਤੇ ਚਪੇੜ ਮਾਰੋ ਦੂਜੀ ਕਰ ਦੋ ਉਹ ਕੌਮ ਬਣ ਗਏ ਹੋ ਤੁਸੀਂ ਆਲਾ ਮਾਰ ਲੋ ਚਪੇੜ ਸਾਡੀ ਪੱਗ ਲਈ ਕੋਈ ਗੱਲ ਨਹੀਂ ਦਾੜੀ ਵੀ ਪੁੱਟ ਲੋ ਸਾਡੀ ਇਹ ਇਹ ਗੁਲਾਮੀ ਦਾ ਅਹਿਸਾਸ ਆ ਮੈਂ ਹੈਰਾਨ ਆ ਵਿਦੇਸ਼ਾਂ ਦੇ ਵਿੱਚ ਤੁਹਾਡੀ ਪੱਗ ਤੇ ਕਾਨੂੰਨ ਬਣੇ ਨੇ ਇਹ ਗੁਲਾਮੀ ਨਹੀਂ ਮੈਨੂੰ ਇੱਕਲ ਦਾ ਜਵਾਬ ਦਿਓ ਜੇ ਕਿਸੇ ਦੀ ਦਾੜੀ ਪੁੱਟੀ ਜਾਵੇ ਸਿੱਖ ਦੀ ਧਾਰਾ 295 ਏ ਕਿਸੇ ਸਿੱਖ ਦੀ ਪੱਗ ਉਤਰ ਜਾਵੇ ਧਾਰਾ 295 ਏ ਕਿਸੇ ਸਿੱਖ ਦੀ ਕਰਪਾਨ ਕੋਈ ਖਿੱਚ ਦੇ ਬੇਦਬੀ ਕਰਦੇ ਧਾਰਾ 295 ਇਹ ਉਹ ਜੇ ਤੁਹਾਡੇ ਪਿਆਰ ਨੂੰ ਕੋਈ ਅੱਗ ਦਾ ਤੇ ਤੇਲ ਪਾ ਕੇ ਕੋਈ ਅੱਗ ਲਾ ਕੇ ਸਾੜ ਦਿੰਦਾ ਪੱਤਰੇ ਗਲੀਆਂ ਚ ਖਿਲਾਰ ਦਿੰਦਾ ਉੱਥੇ ਵੀ ਧਾਰਾ 295 ਇਹ ਗੁਲਾਮ ਨਹੀਂ ਤੁਸੀਂ ਜਵਾਬ ਦਿਓ ਇਹ ਗੁਲਾਮੀ ਦੇ ਅਹਿਸਾਸ ਨੇ ਅੱਜ ਤੱਕ ਕਿਹੜਾ ਇਨਸਾਫ ਮਿਲਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਦਬੀ ਦਾ ਮੇਰੀ ਇਹ ਗੱਲ ਯਾਦ ਰੱਖਿਓ ਜੇ ਗੱਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਚੂੰਕਰ ਅਜਹਮਾ ਹੀਲ ਤੇ ਦਰ ਗੁਜਾਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਕਹਿੰਦੇ ਓ ਜੁਲਮ ਕਰਨਾ ਪਾਪ ਹੈ ਜੁਲਮ ਸੈਨਾ ਵੱਡਾ ਪਾਪ ਹੈ ਕਹਿੰਦੇ ਜਦੋਂ ਅਤ ਦੀ ਅੰਤ ਹੋ ਜਾਵੇ ਕਹਿੰਦੇ ਪਰ ਤਲਵਾਰ ਤੇ ਮੁਠੇ ਨੂੰ ਹੱਥ ਪਾਉਣਾ ਜਾਇਜ਼ ਹੈ ਨਾਜਾਇਜ਼ ਨਹੀਂ ਹੈ ਮੈਂ ਨਹੀਂ ਕਹਿੰਦਾ ਬਾਹਰ ਨਾ ਜਾਓ ਜਾਣਾ ਪੈਂਦਾ ਹੈ ਮਜਬੂਰੀਆਂ ਨੂੰ ਤੁਰਨਾ ਪੈਂਦਾ ਹੈ ਪਰ ਇੱਥੇ ਕੌਣ ਰਹੇਗਾ ਆਪਣੀ ਹੋਣ ਦੀ ਗੱਲ ਕੌਣ ਕਰੇਗਾ ਖੁਦਮੁਖਤਿਆਰੀ ਦੀ ਗੱਲ ਕੌਣ ਕਰੇਗਾ ਇਹ ਤੁਹਾਡੇ ਬੱਚਿਆਂ ਨੂੰ ਅਸੀਂ ਲੜਦੇ ਮਰਗੇ ਕੁਰਬਾਨੀਆਂ ਦਿੰਦੇ ਮਰਗੇ ਆਉਣ ਵਾਲੇ ਤੁਹਾਡੇ ਨਿਆਣਿਆਂ ਦੀਆਂ ਪੱਗਾਂ ਕੌਣ ਸੰਭੇਗਾ ਦਸਤਾਰਾ ਕੌਣ ਸੰਭੇਗਾ ਇਹ ਗੁਰਦੁਆਰਿਆਂ ਨੂੰ ਕੌਣ ਸੰਭੇਗਾ ਇਹ ਸੇਵਾਵਾਂ ਨੂੰ ਕੌਣ ਸੰਭੇਗਾ ਜਵਾਬ ਦਿਓ ਇਸ ਗੱਲ ਦਾ ਕੌਣ ਸੰਭੇਗਾ ਸਵੇਸ਼ ਕਰਕੇ ਤਿਆਰ ਪਰ ਤਿਆਰ ਹੋਣਾ ਪੈਣਾ ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੋਲ ਨੇ ਬਾਦਸ਼ਾਹ ਕਹਿੰਦੇ ਨੇ ਹਮੂ ਮਰਦ ਬਾਇਦ ਸਬਤ ਸੁਖਨ ਵਰ ਨਾ ਸਿਕਮੇ ਦਿਗਰ ਦਰਦ ਹਾਨੇ ਦਿਗਰ ਮੇਰੇ ਬਾਦਸ਼ਾਹ ਕਹਿੰਦੇ ਉਹ ਮਰਦ ਹੋ ਨਹੀਂ ਓਏ ਜਿਹਦੇ ਡੌਲਿਆਂ ਚ ਜਾਨ ਕਹਿੰਦੇ ਮਰਦ ਹੋ ਨਹੀਂ ਓਏ ਜਿਹਦੇ ਸਰੀਰ ਚ ਜਾਨ ਮੇਰੇ ਬਾਦਸ਼ਾਹ ਕਹਿੰਦੇ ਮਰਦ ਹੋ ਏ ਜਿਹਦੇ ਬੋਲਾਂ ਚ ਜਾਨ ਹੈ ਜਿਹਦੀ ਜ਼ੁਬਾਨ ਚ ਜਾਨ ਹੈ ਤੇ ਉਹ ਜ਼ੁਬਾਨ ਪਕਾ ਕੇ ਗਿਆ ਸਾਡਾ ਮਰਦ ਭਰਾ ਵੀਰਦੀਪ ਸਿੱਧੂ ਜਿਹੜਾ ਪਹਿਲੇ ਦਿਨ ਜਿਹੜੀ ਗੱਲ ਬੋਲੀ ਅਖੀਰਲੇ ਦਿਨ ਉਸੇ ਗੱਲ ਤੇ ਉਹ اٹਲ ਰਿਆ ਉਹ ਸੀ ਸਾਡੀ ਕੌਮ ਦਾ ਇੱਕ ਮਰਦ ਯੋਧਾ ਕਈ ਲੋਕ ਕਹਿੰਦੇ ਸ਼ਹੀਦ ਨਾ ਕਹੋ ਉਹਨੂੰ ਕਿਉਂ ਨਾ ਕਹੀਏ ਭਈ ਜਿਹੜੇ ਸੰਘਰਸ਼ ਕਰਨ ਘਰੋਂ ਤੁਰਦੇ ਨੇ ਨਾ ਉਹ ਜਿਸ ਦਿਨ ਤੁਰਦੇ ਨੇ ਉਹ ਤੇ ਉਸੇ ਦਿਨ ਕੌਮ ਦੇ ਸ਼ਹੀਦ ਬਣ ਜਾਂਦੇ ਨੇ ਜਿਸ ਦਿਨ ਘਰੋਂ ਪੈਰ ਪੱਟ ਲੈਂਦੇ ਨੇ ਉਸੇ ਦਿਨ ਕੌਮ ਦੇ ਸ਼ਹੀਦ ਬਣ ਜਾਂਦੇ ਨੇ ਇਹ ਗੱਲ ਯਾਦ ਰੱਖਿਓ ਜੀ ਗੁਰੂ ਪਿਆਰਿਓ ਇਹ ਸ਼ਹੀਦਾਂ ਦਾ ਜਿਹੜਾ ਅਸਲ ਪੈਰਾਮੀਟਰ ਹੈ ਤੁਹਾਡੀ ਕੌਮ ਕੌਲੀ ਹੈ ਮੈਂ ਹਜ਼ਰਤ ਮੁਹੰਮਦ ਸਾਹਿਬ ਦੀ ਗੱਲ ਕਰਾਂ ਜਦੋਂ ਆਪਾਂ ਜੀਸਸ ਕ੍ਰਾਈਸ ਦੀ ਗੱਲ ਕਰਦੇ ਆ ਜੀਸਸ ਕ੍ਰਾਈਸ ਦੇ ਕੋਲ ਦੂਜਾ ਰਸਤਾ ਨਹੀਂ ਸੀ ਉਹਨੂੰ ਸਲੈਬ ਤੇ ਟੰਗਿਆ ਗਿਆ ਉਹਨੂੰ ਮਾਰਿਆ ਗਿਆ ਉਹਦੇ ਕੋਲ ਕੋਈ ਦੂਜਾ ਰਸਤਾ ਨਹੀਂ ਸੀ ਹਜ਼ਰਤ हसन ਹਾਜਤ ਹੁਸੈਨ ਹਜਤ हसन ਨੂੰ ਯਦੀਦ ਰਾਜੇ ਦੇ ਨਾਲ ਮਿਲ ਕੇ ਉਹਦੀ ਘਰ ਵਾਲੀ ਨੇ ਸੈਨਾਪਤੀ ਨਾਲ ਮਿਲ ਕੇ ਜ਼ਹਿਰ ਦੇ ਕੇ ਮਾਰ ਤਾ ਉਹ ਵੀ ਸ਼ਹੀਦ ਹੈ ਉਹਦੇ ਕੋਈ ਰਸਤਾ ਨਹੀਂ ਸੀ ਹਜਤ ਹੁਸੈਨ ਉਹਨੂੰ ਮਾਰਿਆ ਗਿਆ ਉਹਨੇ ਆਪਣੇ ਪੁੱਤਰ ਦੀ ਬਾਹਾਂ ਵਿੱਚ ਲੈ ਕੇ ਸੌਂਹ ਖਾਦੀ ਵੀ ਮੈਨੂੰ ਮੇਰੇ ਪੁੱਤਰ ਕਰਕੇ ਮੈਨੂੰ ਮaaf ਕਰ ਦਿਓ ਉਹਦੇ ਕੋਲ ਕੋਈ ਦੂਜਾ ਰਸਤਾ ਨਹੀਂ ਸੀ ਪਰ ਜਦੋਂ ਇਸ ਕੌਮ ਦੀ ਗੱਲ ਕਰਦੇ ਆ ਨਾ ਇਸ ਕੌਮ ਕੋਲ ਦੂਜੇ ਰਸਤੇ ਸੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਜਦੋਂ ਸ਼ਹੀਦ ਕੀਤਾ ਗਿਆ ਗੁਰੂ ਅਰਜਨ ਦੇ ਪਾਤਸ਼ਾਹ ਕੋਲ ਦੂਜਾ ਰਸਤਾ ਸੀ ਵੀ ਹਜਤ ਸਾਹਿਬ ਦੀ ਵਟਿਆਈ ਗ੍ਰੰਥ ਚ ਲਿਖਦੇ ਹੋ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਦੂਜਾ ਰਸਤਾ ਸੀ ਵੀ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ ਤੁਹਾਨੂੰ ਜਿਉਂਦਾ ਛੱਡ ਦਿੱਤਾ ਜਾਏਗਾ ਉਹ ਸੈਬ ਜਾਦਿਆਂ ਕੋਲ ਚਮਕੌਰ ਦੀ ਗੜੀ ਵਿੱਚ ਸਰਹੰਦ ਦੀਆਂ ਨੀਹਾਂ ਵਿੱਚ ਦੂਜਾ ਰਸਤਾ ਸੀ ਵੀ ਤੁਹਾਨੂੰ ਹੂਰਾ ਨਾਲ ਵਿਆਹ ਹੋ ਜਾਏਗਾ ਤੁਹਾਨੂੰ ਰਾਜ ਭਾਗ ਦਿੱਤਾ ਜਾਏਗਾ ਪਰ ਉਹਨਾਂ ਨੇ ਦੂਜਾ ਰਸਤਾ ਨਹੀਂ ਅਪਣਾਇਆ ਉਹ ਇਸੇ ਤਰ੍ਹਾਂ ਵੀਰਦੀਪ ਸਿੱਧੂ ਕੋਲ ਵੀ ਦੂਜਾ ਰਸਤਾ ਸੀ ਉਹ ਤੈਨੂੰ ਮੁੱਖ ਮੰਤਰੀ ਬਣਾ ਦिए ਉਹ ਤੈਨੂੰ ਲੀਡਰ ਬਣਾ ਦिए ਤੈਨੂੰ ਫਿਲਮਾਂ ਦੇ ਦिए ਪਰ ਉਹਨੇ ਉਹ ਦੂਜਾ ਰਸਤਾ ਨਹੀਂ ਚੁਣਿਆ ਉਹਦੇ ਕੋਲ ਵੀ ਜ਼ਿੰਦਗੀ ਸੀ ਪਰ ਉਹ ਤੁਰਿਆ ਤੇ ਮੌਤ ਵਾਲੇ ਪਾਸੇ ਤੁਰਿਆ ਇਹ ਆ ਸ਼ਹਾਦਤ ਇਹ ਆ ਸ਼ਹੀਦੀ ਸ਼ਹੀਦੀ ਕਿਹਨੂੰ ਕਹਿੰਦੇ ਨੇ ਜਦੋਂ ਕੋਈ ਕੌਮ ਤੇ ਪਾਪਾਂ ਦਾ ਭਾਰ ਵੱਧਾ ਹੋਵੇ ਕੌਮ ਤੇ ਜ਼ੁਲਮ ਵੱਧਾ ਹੋਵੇ ਤੇ ਕੋਈ ਰੂਹ ਆਪਣੇ ਸਰੀਰ ਦਾ ਠਿੱਕਰਾ ਓਏ ਜ਼ਾਲਮ ਦੇ ਸਿਰ ਭੰਦੀ ਆ ਨਾ ਉਹਨੂੰ ਸ਼ਹਾਦਤ ਕਹਿੰਦੇ ਨੇ ਉਹਨੂੰ ਸ਼ਹੀਦੀ ਕਹਿੰਦੇ ਨੇ ਤੇ ਫਿਰ ਵੀਰਦੀਪ ਸਿੱਧੂ ਜਿਹੜਾ ਤੁਹਾਡੀ ਨੌਜਵਾਨੀ ਨੇ ਧਗਾ ਰਿਆ ਸੀ ਤੁਹਾਡੀ ਕੌਮ ਨੂੰ ਗੁਲਾਮ ਬਣਾਇਆ ਜਾ ਰਿਹਾ ਸੀ ਜੇ ਉਸ ਤੱਕੇ ਵਾਸਤੇ ਉਸ ਵੀਰ ਨੇ ਆਪਣੇ ਸਰੀਰ ਦਾ ਠੀਕਰਾ ਇਹ ਸਰਕਾਰਾਂ ਦੇ ਸਿਰ ਭੰਨਿਆ ਤੇ ਫਿਰ ਉਹ ਸਾਡੀ ਕੌਮ ਲਾ ਕੀ ਆ ਬਈ ਕੀ ਆ ਬਈ ਉੱਚੀ ਬੋਲੋ ਕੀ ਐ ਸ਼ਹੀਦ ਦੀਪ ਸਿੱਧੂ ਸ਼ਹੀਦ ਆ ਸਾਡੀ ਕੌਮ ਦਾ ਉਹ ਯੋਧਾ ਹੈ ਸਾਡੀ ਕੌਮ ਦਾ ਜਿਹੜੇ ਕਹਿੰਦੇ ਨਹੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਉਪਿੰਤਰ ਅਨੁਸ਼ੀਲ ਮੰਨਦੇ ਉਹ ਤਾਂ ਉਹਨਾਂ ਨੇ ਮੰਨਦੇ ਜਵਾਬ ਦਿਓ ਅਸੀਂ ਕਿਸੇ ਨੂੰ ਸਪਸ਼ਟੀ ਕਰਨੀ ਦੇਣਾ ਜਿਹੜੇ ਸਾਡੀ ਕੌਮ ਦੇ ਯੋਧੇ ਨੇ ਸਾਨੂੰ ਪਤਾ ਹੈ ਅਸੀਂ ਕਿਸੇ ਦੇ ਘਰੋਂ ਕੋ ਲੈਣ ਨਹੀਂ ਗਏ ਨਾ ਲੈਣ ਜਾਣਾ ਉਹ ਸਾਡੀ ਕੌਮ ਦੇ ਯੋਧੇ ਨੇ ਕਦਰ ਉਹਨਾਂ ਦੀ ਤੁਸੀਂ ਕਰਨੀ ਆ ਕਿਸੇ ਧੋਤੀ ਟੋਪੀ ਵਾਲੇ ਨੇ ਨਹੀਂ ਕਰਨੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜੀ ਇਹ ਤੁਸੀਂ ਕਰਨੀ ਆ ਕਦਰ ਕੌਮ ਦੇ ਯੋਧਿਆਂ ਦੀ ਤੇ ਜਿਹੜੇ ਜਿਹੜੇ ਇਹ ਗੱਲਾਂ ਕਰਦੇ ਨਾ ਵੀ ਅਖੇ ਜੀ ਦੀਪ ਸਿੱਧੂ ਨੂੰ ਕੁ ਭੁੱਲ ਜਾਈ ਗਈ ਦੁਨੀਆ ਭੁੱਲ ਜੇਗੀ ਕੱਠ ਤੋਂ ਬਾਅਦ ਫਲਾਣਾ ਇਹ ਵੀ ਉਹ ਵੀ ਸੁਣ ਲੈਣ ਸਾਡੀ ਕੌਮ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਨਹੀਂ ਭੁੱਲੀ ਸਾਡੀ ਕੌਮ ਤਾਂ ਬੰਦਾ ਸਿੰਘ ਬਹਾਦਰ ਨੂੰ ਭੁੱਲ ਗਈ ਜੀ ਭੁੱਲਿਓ ਨਹੀਂ ਜੀ ਬਾਬਾ ਜਗਰਾਜ ਸਿੰਘ ਜੀ ਤੂਫਾਨ ਨੂੰ ਭੁੱਲਿਓ ਨਹੀਂ ਪਤਾ ਹੈ ਨਾ ਸੰਤ ਜਮੈਲ ਸਿੰਘ ਪਿੰਡਰਾਂ ਨੂੰ ਭੁੱਲਿਓ ਨਹੀਂ ਕਰਤਾਰ ਸਿੰਘ ਸਾਹਿਬ ਨੂੰ ਭੁੱਲਿਓ ਨਹੀਂ ਉਦਮ ਸਿੰਘ ਨੂੰ ਭੁੱਲਿਓ ਨਹੀਂ ਤੇ ਜੇ ਉਹ ਨਹੀਂ ਭੁੱਲਦੇ ਵੀਰਦੀਪ ਸਿੰਘ ਤੁਭੂ ਲੂਗਾ ਸਾਨੂੰ ਪਰ ਜਵਾਬ ਦਿਓ ਨਹੀਂ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਕਹਿੰਦੇ ਭੁੱਲ ਜਾਣਗੇ ਇਹ ਕੌਮ ਨਹੀਂ ਮੇਰੇ ਵਰਗੇ 50 ਲੱਲੀ ਛੱਲੀ ਮੇਰੇ ਵਰਗੇ ਬਹੁਤ ਤੁਰੇ ਫਿਰਦੇ ਮੇਰੀ ਗੱਲ ਸੁਤ ਜਾਣੋ ਮੇਰੇ ਵਰਗੇ ਬਹੁਤ ਤੁਰੇ ਫਿਰਦੇ ਪ੍ਰਦੀਪ ਵਰਗਾ ਤੇ ਦੀਪ ਹੀ ਸੀ ਬਲੇ ਸੋਨਿਹਾਲ ਵਾਹ ਸ੍ਰੀ ਅਕਾਲ ਉਹਦੇ ਵਰਗਾ ਉਹੀ ਸੀ ਖਾਲਸਾ ਜੀ ਉਸ ਭਰਾ ਦੇ ਵਿੱਚ ਈਰਖਾ ਤੇ ਹੈ ਹੀ ਨਹੀਂ ਸੀ ਤਾਂ ਜੇ ਕੋਈ ਦੁਸ਼ਮਣ ਵੀ ਉਹਦੇ ਕੋਲ ਬਹਿ ਕੇ ਗੱਲ ਕਰਦਾ ਨਾ ਪੰਜਾਬ ਦੇ ਭਲੇ ਦੀ ਤੇ ਦੁਸ਼ਮਣ ਨੂੰ ਵੀ ਜੱਫੀ ਪਾ ਲਵੇਂ ਵੀ ਬਾਈ ਪੰਜਾਬ ਦੇ ਭਲੇ ਦੀ ਗੱਲ ਕਰਦੇ ਮੈਂ ਇੱਕ ਕਾਮ ਨੂੰ ਗੱਲ ਕਹਿਣੀ ਚਾਹਾਂਗਾ ਤੁਸੀਂ ਪਛਾਣ ਕਰਨੀ ਪਛਾਣ ਪਛਾਨਣਾ ਕਰੋ ਸਾਨੂੰ ਪਛਾਣ ਭੁੱਲ ਗਈ ਇੱਕ ਪਾਸੇ ਦੁਸ਼ਮਣ ਖੜਿਆ ਇੱਕ ਪਾਸੇ ਗद्दार ਖੜਿਆ ਜੇ ਤੁਹਾਨੂੰ ਪੁੱਛੇ ਨਾ ਕੋਈ ਕਿਹਨੂੰ ਮਾਰਦਾ ਗੋਲੀ ਮਾਰਦੀ ਹੈ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਦੁਸ਼ਮਣ ਨੂੰ ਛੱਡ ਦਿਓ ਜੇ ਦੁਸ਼ਮਣ ਨੂੰ ਨਾ ਮਾਰਿਓ ਜੇ ਕਿਉਂਕਿ ਉਹਦਾ ਤੇ ਪਤਾ ਹੈ ਕਿ ਇਹ ਦੁਸ਼ਮਣ ਹੈ ਗੋਲੀ ਮਾਰਨੀ ਤੇ ਗੱਦਾਰ ਨੂੰ ਮਾਰਿਓ ਜੇ ਇਹ ਕੌਮ ਗੱਦਾਰਾਂ ਦੇ ਮਾਰਿਆ ਮਰਦੀ ਆ ਦੁਸ਼ਮਣਾਂ ਨੇ ਕਦੇ ਇਸ ਕੌਮ ਦਾ ਕੱਖ ਨਹੀਂ ਜਿ ਵਿਗਾੜਿਆ ਨਾ ਵਿਗਾੜ ਹੋਇਆ ਦੁਸ਼ਮਣਾਂ ਕੋਲੋਂ ਕਦੇ ਅਸੀਂ ਠੋਖਾ ਨਹੀਂ ਖਾਦਾ ਠੋਖਾ ਅਸੀਂ ਆਪਣੇਆਂ ਤੋਂ ਖਾਦਾ ਬੁੱਕਣ ਦੇ ਸੱਪਾਂ ਤੋਂ ਖਾਦਾ ਬੁੱਕਲ ਦੇ ਚੋਰਾਂ ਤੋਂ ਖਾਦਾ ਗੱਦਾਰਾਂ ਤੋਂ ਖਾਦਾ ਡੋਗਰਿਆਂ ਤੋਂ ਖਾਦਾ ਜਿਹੜੇ ਪਾ ਕੰਗੂ ਬਹਾਮਣ ਵਰਗੇ ਸੀ ਉਹਨਾਂ ਤੋਂ ਖਾਦਾ ਸੀ ਧੋਖਾ ਜਿਹੜੇ ਆਪਣੇ ਸੀ ਦੁਸ਼ਮਣ ਨਹੀਂ ਕਦੇ ਸਾਨੂੰ ਮਾਰ ਸਕੇ ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਆਪਣੇ ਵੀਰਾਂ ਨੂੰ ਨੌਜਵਾਨਾਂ ਨੂੰ ਭਰਾਵਾਂ ਨੂੰ ਵੀ ਤਿਆਰ ਬਰ ਤਿਆਰ ਹੋਵੋ ਜਿਹੜੇ ਸੰਘਰਸ਼ ਦੇ ਜੇ ਇਹਨਾਂ ਸੰਘਰਸ਼ਾਂ ਦੇ ਵਿੱਚ ਤੁਰੇ ਹੋ ਤੇ ਤਿਆਰ ਬਰ ਤਿਆਰ ਹੋਵੋ ਆਪਣੇ ਸਰੂਪਾਂ ਨੂੰ ਸਾਹਮਣਾ ਸ਼ੁਰੂ ਕਰੋ ਤੇ ਜਿਹੜੇ ਇਹ ਲੋਕ ਕਹਿੰਦੇ ਨੇ ਵੀ ਖਾਲਸਾ ਰਾਜ ਖਤਮ ਕਰ ਦੇਣਾ ਲੱਲੀ ਛੱਲੀ ਏਕੜ ਦੁਕੜ ਇੱਕ ਗੱਲ ਯਾਦ ਰੱਖਿਓ ਜੇ ਇਹ ਖਾਲਸਾ ਜੰਮਿਆ ਨਹੀਂ ਇਹ ਖਾਲਸਾ ਗੁਰੂ ਗੋਬਿੰਦ ਸਿੰਘ ਨੇ ਪ੍ਰਗਟ ਕੀਤਾ ਪ੍ਰਗਟ ਪ੍ਰਗਟ ਕੀਤਾ ਤੇ ਰਹੀ ਦੀ ਦੁਨੀਆ ਤੱਕ ਜਦੋਂ ਤੱਕ ਵੀ ਦੁਨੀਆ ਰਹੇਗੀ ਉਹ ਲੋਕਾਂ ਦੀਆਂ ਬਰਸੀਆਂ ਤਾਂ ਮਨਾਈਆਂ ਜਾਂਦੀਆਂ ਰਹਿਣਗੀਆਂ ਪਰ ਇੱਕੋ ਇੱਕ ਖਾਲਸਾ ਜਿਹਦੀ ਕਦੇ ਕੋਈ ਵਰਸੀ ਨਹੀਂ ਮਨਾ ਸਕਦਾ ਰਹੀਂਦੀ ਦੁਨੀਆ ਤੱਕ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਰਸੀ ਨਹੀਂ ਮਨਾ ਸਕਦਾ ਕੋਈ ਤੇ ਤੁਸੀਂ ਉਸ ਪਿਓ ਦੇ ਪੁੱਤ ਜਸ ਪਿਓ ਨੂੰ ਰੰਗਜੀਤ ਜੇਬ ਨੇ ਜਦੋਂ ਰੰਗਜੀਤ ਜੇਬ ਨੂੰ ਮਾਰਨੇ ਜਫਰਨਾਮਾ ਲਿਖਿਆ ਨਾ ਸਾਜ਼ੋ ਨਾ ਬਾਜ਼ੋ ਨਾ ਫੋਜੋ ਨਾ ਫਾਲਸ ਖੁਦਾਵੰਦ ਬਖਸ਼ਿੰਦ ਐ ਐਸ਼ ਹਰਸ਼ ਜਦੋਂ ਰੰਗਜੀਤ ਜੇਬ ਨੂੰ ਗੁਰਖੋਬੇ ਸਿੰਘ ਪਾਤਸ਼ਕਨ ਤੇ ਆ ਰੰਗਿਆ ਉਹ ਤੈਨੂੰ ਲੱਗਦਾ ਅੱਜ ਮੇਰੇ ਹੱਥ ਵਿੱਚ ਬਾਜ਼ ਨਹੀਂ ਤਾਜ ਨਹੀਂ ਦੋੜਾ ਨਹੀਂ ਘੋੜਾ ਨਹੀਂ ਤੈਨੂੰ ਲੱਗਦਾ ਤੂੰ ਮੇਰਾ ਸਿਰ ਝੁਕਾਤਾ ਮੇਰੇ ਅੱਜ ਗੋਦ 'ਚ ਮੇਰੇ ਬੱਚੇ ਨਹੀਂ ਰੰਗਿਆ ਤੈਨੂੰ ਲੱਗਦਾ ਮੈਂ ਚੁਗ ਗਿਆ ਮੱਡਰ ਗਿਆ ਰੰਗਜੀਤ ਕਹਿੰਦਾ ਹਾਂ ਅੱਜ ਮੈਨੂੰ ਪੁਰੋਸ ਹੈ ਕਿਉਂਕਿ ਤੇਰੇ ਹੱਥ ਵਿੱਚ ਬਾਜ ਨਹੀਂ ਤੇਰੇ ਸਿਰ ਤੇ ਤਾਜ ਨਹੀਂ ਡੰਗੜਾ ਤੂੰ ਤੁਰਿਆ ਫਿਰਦਾ ਤੇਰਾ ਜਾਮਾ ਲੀਰੋ ਲੀਰ ਕੰਡੇ ਤੇਰੇ ਪੈਰਾਂ ਚੁਬੇ ਨੇ ਅੱਜ ਮੈਨੂੰ ਲੱਗਦਾ ਮੈਂ ਅਰੰਗਿਆ ਪਾਜੀ ਸਰੋਪਾਣਾ ਦਿਓ ਜੀ ਮਾਫੀ ਮੰਗਾਗਾ ਮੈਂ ਸਰੋਪਾ ਰਹਿਣ ਦਿਓ ਪਲੀਜ਼ ਮੇਰੀ ਬੇਨਤੀ ਹੈ ਮੇਰੀ ੜੀ ਔਕਾਤ ਨਹੀਂ ਮੈਂ ਇਸ ਸਰਪਾਓ ਦਾ ਹੱਕਦਾਰ ਰਹੀ ਹਾਂ ਜਿਸ ਦਿਨ ਕੋਈ ਕੌਮ ਵਾਸਤੇ ਕੁਰਬਾਨੀ ਹੋਊਗੀ ਆਪ ਮੰਗ ਲਵਾਂਗੇ ਅਜੇ ਸਾਡੀ ਕੌਮ ਵਾਸਤੇ ਕੋਈ ਐਡਾਂ ਦੀ ਦਾਤ ਨਹੀਂ ਕੋਈ ਦਿਨ ਨਹੀਂ ਤੇ ਅਸੀਂ ਇਸ ਜਦੋਂ ਗੁਰੂ ਗੋਬੇ ਸਿੰਘ ਪਾਤਸ਼ਾਹ ਨੇ ਚਾਰੇ ਸ਼ਹੀਦ ਕਰਾਏ ਸੀ ਨਾ ਉਦੋਂ ਨਹੀਂ ਸੀ ਰੋਏ ਅੱਜ ਸਾਨੂੰ ਵੇਖ ਵੇਖ ਤਾਂ ਮਾਰ ਮਾਰ ਹੁੰਦੇ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁੱਤ ਚਾਰ ਚਾਰ ਬੂਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਕਹਿੰਦੇ ਹਜ਼ਾਰ ਨજર దిਉਂਦੇ ਉਹ ਜੀਵਤ ਕਿੱਥੇ ਰਹਿ ਗਏ ਜਿਨ੍ਹਾਂ ਪਿੱਛੇ ਮੈਂ ਕੁਰਬਾਨ ਕੀਤੇ ਸੀ ਮੈਂ ਹੱਥ ਜੋੜ ਬੇਨਤੀ ਕਰਾਂ ਮੇਰੇ ਕੌਮ ਦੇ ਯੋਧੇ ਉਹ ਆਮਰਤ ਸ਼ਕੋ ਪਾਵੇਂ ਨਾ ਸ਼ਕੋ ਪਰ ਹੱਥ ਜੋੜ ਬੇਨਤੀ ਕਰਾ ਆਪਣੇ ਸਰੂਪ ਨੂੰ ਸੰਭਲੋ ਆਪਣੇ ਸਰੂਪ ਨੂੰ ਸੰਭਲੋ ਆਪਣੇ ਕੇਸਾਂ ਨੂੰ ਸੰਭਲੋ ਜਦੋਂ 1699 ਦੀ ਵਿਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਸਿਰ ਮੰਗਿਆ ਸੀ ਕਹਿੰਦੇ ਲੋੜ ਹੈ ਅੱਜ ਮੈਂ ਖਾਲਸਾ ਸਾਜਣਾ ਅੱਜ ਵੀ ਮੇਰੇ ਪਿਤਾ ਇਹ ਸੰਗ੍ਹਾ ਸੰਤੇ ਬੈਠ ਕੇ ਅੱਜ ਵੀ ਤੁਹਾਨੂੰ ਵੰਗਾਰ ਦੇ ਪਏ ਨੇ ਉਹ ਕਹਿੰਦੇ ਅੱਜ ਵੀ ਇਹ ਹਜ਼ਾਰਾਂ ਦੇ ਕੱਠ ਵਿੱਚ ਕੋਈ ਇੱਕ ਯੋਧਾ ਬੈਠਾ ਹੈ ਉਹ ਸੂਰਮਾ ਬੈਠਾ ਹੈ ਜਿਹੜਾ ਖੜਾ ਹੋ ਕੇ ਮੈਨੂੰ ਬਾਹ ਫੜਾਵੇ ਤੇ ਖੜਾ ਹੋ ਕੇ ਸੰਗਤ ਵਿੱਚ ਕਵੇ ਐ ਗੁਰੂ ਜੀ ਅੱਜ ਤੋਂ ਬਾਅਦ ਮੈਂ ਨਾਈ ਦੀ ਦੁਕਾਨ ਤੇ ਜਾ ਕੇ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕਰਾਂਗਾ ਮੇਰੇ ਪਾਤਸ਼ਾਹ ਮੈਂ ਤੇਰਾ ਜੀਤ ਬਣਾਗਾ ਮੈਂ ਤੇਰਾ ਜੁਝਾਰ ਬਣਾਗਾ ਮੈਂ ਵੇਖਾਂ ਉਹ 1699 ਦੇ ਵਿੱਚ ਪੰਜਾਂ ਨੇ ਸੀਸ ਦਿੱਤੇ ਅੱਜ ਵੀ ਗੁਰੂ ਪਾਤਸ਼ਾਹ ਵੰਗਾਰ ਦੇ ਲਲਕਾਰਦੇ ਨੇ ਇਸ ਘਟ ਵਿੱਚ ਕਿਹੜਾ ਐਸਾ ਇੱਕ ਵੀ ਸੂਰਮਾ ਜਿਹੜਾ ਖੜਾ ਕਵੇ ਮਹਾਰਾਜ ਮੈਂ ਕਦੇ ਆਪਣੇ ਕੇਸ ਨਹੀਂ ਕਟਾਵਾਂਗਾ ਅਮਰ ਦੀ ਗੱਲ ਨਹੀਂ ਕਰਦਾ ਇੱਕ ਵੀ ਹੈ ਗੁਰੂ ਕਾ ਪਿਆਰਾ ਜਿਹੜਾ ਗੁਰੂ ਨੂੰ ਅੱਜ ਬਾਹ ਫੜਾਵੇ ਵੇਖਾਂ ਤੁਹਾਡੇ ਅੰਦਰ ਕੌਮ ਦਾ ਕਿੰਨਾ ਕੁ ਦਰਦ ਉਹ ਵੇਖਾਂ ਤੁਹਾਡੇ ਅੰਦਰ ਕੌਮ ਦਾ ਕਿੰਨਾ ਕੁ ਪਿਆਰ ਹੈ ਆ ਜੀਹਨਾਂ ਦੇ ਵਿੱਚ ਕੋਈ ਜਿਉਂਦਾ ਯੋਧਾ ਹੈ ਇੱਕ ਵੀ ਜਿਹੜਾ ਅਜ ਖੜਾ ਹੋ ਗਿਆ ਜਿਹਨੇ ਗੁਰੂ ਨੂੰ ਬਾਹ ਫੜਾਤੀ ਨਾ ਸੱਤ ਜਾਣਿਓ ਉਹ ਗੁਰੂ ਕਦੇ ਪੇਟ ਨਹੀਂ ਲੱਗਣ ਦਿੰਦਾ ਮੈਂ ਵੀ ਕਲੀਨ ਸ਼ੈਫ ਜੀ ਸਿਰੇ ਦਾ ਨਸ਼ੇੜੀ ਸੀ ਆ ਮੇਰੇ ਪਿਓ ਨੇ ਗਾਤਰੇ ਕਿਰਪਾਨ ਪਾਈ ਅੱਜ ਦੁਨੀਆ ਜਾਣਦੀ ਆ ਤੇ ਜੇ ਉਦੋਂ ਮਰ ਜਾਂਦੇ ਕੁੱਤੇ ਦੀ ਮੌਤ ਅੱਜ ਮਰਾਂਗੇ ਚਾਰ ਤੁਹਾਡੇ ਰਗੇ ਭਰਾ ਰੋਣ ਨੂੰ ਬੈਠੇ ਨੇ ਕਿਹੜਾ ਯੋਧਾ ਹੈ ਜਿਹੜਾ ਕਵੇ ਗੁਰੂ ਜੀ ਆ ਫੜਾਈ ਬਾ ਮੈਂ ਤੁਹਾਨੂੰ ਅੱਜ ਮੈਂ ਅੱਜ ਤੋਂ ਬਾਅਦ ਨਾਈ ਦੀ ਦੁਕਾਨ ਤੇ ਜਾਂਦਾ ਇੱਕ ਵੀ ਮੈਂ ਵੇਖਾਂ ਇਸ ਕੱਟ 'ਚ ਇੱਕ ਵੀ ਇੱਕ ਵੀ ਪਿਆਰਾ ਹੈ ਗੁਰੂ ਨੂੰ ਪਿਆਰ ਕਰਨ ਵਾਲਾ ਜਿਹੜਾ ਕਵੇ ਮੈਂ ਦਾੜੀ ਨਹੀਂ ਕਟਾਉਂਦਾ ਜਾਂ ਮੈਂ ਕੇਸ ਨਹੀਂ ਕਟਾਉਂਦਾ ਇੱਕ ਵੀ ਯੋਧਾ ਹੈ ਮੈਂ ਵੇਖਾਂ ਕੌਮ ਦਲੇਰਾਂ ਦੀ ਹੈ ਇਹ ਕੌਮ ਯੋਧਿਆਂ ਦੀ ਸੂਰਮਿਆਂ ਦੀ ਹੈ ਐ ਇੱਕ ਵੀ ਜਿਹਦੇ ਅੰਦਰ ਪਿਆਰ ਜਾਗੇ ਤੇ ਖੜਾ ਹੋ ਕੇ ਕਵੇ ਆਹ ਗੁਰੂ ਜੀ ਤੁਹਾਡਾ ਜੀਤ ਸਿੰਘ ਆ ਗਿਆ ਜੱਟ ਇੱਕ ਵੀ ਉਠਣਾ ਹੀ ਆ ਬਸ ਖੜਾ ਹੀ ਹੋਣਾ ਜਿਹੜਾ ਖੜਾ ਹੋ ਗਿਆ ਸਮਝ ਲਓ ਗੁਰੂ ਦੀਆਂ ਖੁਸ਼ੀਆਂ ਲੈ ਗਿਆ ਇੱਕ ਵੀ ਮੈਂ ਵੇਖਾਂ ਚ ਗੁਰੂ ਤੁਸੀਂ ਸਰੂਪ ਸਾਹਮਣੇ ਆਇਆ ਭਾਜੀ ਜਿਹਨੇ ਕਟਾਇਆ ਮੈਂ ਉਹਦੀ ਗੱਲ ਕਰ ਰਿਹਾ ਜਿੰਨੇ ਸਰੂਪ ਕਟਾਇਆ ਦਾੜੀ ਕਟਾਈ ਜਾਂ ਕੇਸ ਕਟਾਏ ਨੇ ਇੱਕ ਵੀ ਯੂਪੀ ਚ ਹੈ ਮੈਂ ਵੇਖਾਂ ਕਿ ਯਾਦਾਂ ਬੋਲੇ ਸੋਨਹਾਲ ਸਤਿ ਅਕਾਲ ਆ ਜਾ ਉੱਪਰ ਇੱਕ ਆ ਗਿਆ ਮੈਂ ਬੋਲਾਂ ਗੁਰੂ ਦਾ ਦੂਜਾ ਪੁੱਤਰ ਕਿਹੜਾ ਬਣੇਗਾ ਅੱਜ ਇੱਕ ਆ ਗਿਆ ਜਿਹੜਾ ਕਹਿੰਦਾ ਗੁਰੂ ਜੀ ਮੈਂ ਤੋੜਾ ਜੁਝਾਰ ਸਿੰਘ ਇਹ ਗੁਰੂ ਦੇ ਪੁੱਤਰ ਨੇ ਕਿਹੜਾ ਅੱਜ ਜਿਹੜਾ ਕਹਵੇ ਗੁਰੂ ਜੀ ਮੈਂ ਆਹ ਲੋ ਗੁਰੂ ਜੀ ਮੈਂ ਕੇਸਾਂ ਦੀ ਬੇਅਦਬੀ ਨਹੀਂ ਕਰਦਾ ਬੋਲੇ ਸੋਨਹਾਲ ਆ ਜਾਓ ਜੀ ਆ ਜਾਓ ਇੱਧਰ ਆਓ ਜਰਾਂਵਰ ਸਿੰਘ ਕਿਹੜਾ ਬਣੂਗਾ ਗੁਰੂ ਦਾ ਪੁੱਤ ਜਰਾਵਰ ਸਿੰਘ ਜਰਾਵਰ ਸਿੰਘ ਗੁਰੂ ਦੀ ਗੋਚ ਬੈਠੇਗਾ ਕਿਹੜਾ ਕਹਿੰਦਾ ਆਹ ਗੁਰੂ ਜੀ ਮੈਂ ਤੇਰਾ ਬੱਚਾ ਆ ਆ ਕੇ ਦੋ ਪੁੱਤਰ ਗੁਰੂ ਦੇ ਤੀਜਾ ਪੁੱਤਰ ਕਿਹੜਾ ਹੋਏ ਗੁਰੂ ਦਾ ਜਿਹੜਾ ਕਹਵੇ ਗੁਰੂ ਜੀ ਸਾਡੇ ਵਾਸਤੇ ਕੁਰਬਾਨੀਆਂ ਤੇ ਅਸੀਂ ਆਪਣੇ ਰੋਮਾਂ ਦੀ ਵੀ ਅਦੀ ਵੀ ਨਹੀਂ ਕਰਦੇ ਅਸੀਂ ਸਾਂਭਾਂਗੇ ਮੈਂ ਅਮਰ ਛੱਕਣ ਦੀ ਗੱਲ ਨਹੀਂ ਕਰਾਂਗਾ ਸਰੂਪ ਨੂੰ ਸਾਂਭਣਾ ਸ਼ੁਰੂ ਕਰ ਦਿਓ ਸਰੂਪ ਨੂੰ ਸਾਂਭਣਾ ਕਿਹੜਾ ਤੀਜਾ ਕਿਹੜਾ ਤੀਜਾ ਜਿਹੜਾ ਗੁਰੂ ਨੂੰ ਬਾਪ ੜਾਵੇ ਬੋਲੇ ਸੋਨਹਾ ਸ੍ਰੀ ਅਕਾਲ ਚੌਥਾ ਕਿਹੜਾ ਜੀ ਚੌਥਾ ਕਿਹੜਾ ਜਿਹੜਾ ਕਵੇ ਗੁਰੂ ਜੀ ਆ ਆ ਗਿਆ ਤੇਰਾ ਫਤਿਹ ਸਿੰਘ ਪਿੱਛੇ ਬੋਲੇ ਸੋਨਹਾ ਹੋਰ ਕਿਹੜਾ ਗੁਰੂ ਦਾ ਪੁੱਤਰ ਜਿਹੜਾ ਕਵੇ ਆ ਗੁਰੂ ਜੀ ਮੈਂ ਵੀ ਤੇਰੀ ਪੁੱਤ ਚ ਗੋਦ ਚ ਆ ਗਿਆ ਨਾਦੀ ਵੰਸ ਬਿੰਦੀ ਵੰਸ ਕਿਹੜਾ ਅੱਜ ਮੌਕਾ ਹੈ ਅੱਜ ਮੌਕਾ ਹੈ ਗੁਰੂ ਨੂੰ ਬਾਹ ਫੜਾਂਦਾ ਜਿਨ੍ਹਾਂ ਨੇ ਅੱਗੇ ਆ ਜਾਓ ਮੇਰਾ ਫਿਰ ਤੁਸੀਂ ਅੱਗੇ ਨਾ ਪਿੱਛੇ ਨਾ ਖੜੋ ਅੱਗੇ ਆਓ ਅੱਜ ਮੌਕਾ ਗੁਰੂ ਨੂੰ ਬਾਹ ਫੜਾਂਦਾ ਤੇ ਗੁਰੂ ਪਾਤਸ਼ਾਹ ਕਹਿੰਦੇ ਬਾਹੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸ੍ਰੀ ਅਕਾਲ ਇੱਕ ਹੋਰ ਜਕਾਰਾ ਛੱਡੋ ਛੱਡੋ ਵੀ ਜਕਾਰਾ ਸਤ ਸ੍ਰੀ ਅਕਾਲ ਅੱਜ ਮੌਕਾ ਅੱਜ ਮੌਕਾ ਹੈ ਗੁਰੂ ਦੀਆਂ ਖੁਸ਼ੀਆਂ ਲੈਣ ਦਾ ਅੱਜ ਮੌਕਾ ਹੈ ਗੁਰੂ ਦਾ ਪਿਆਰ ਲੈਣ ਦਾ ਸੁਹੇਲੀਆਂ ਕੋ ਬੇਨਤੀਆਂ ਅਜੇ ਵੀ ਮੌਕਾ ਗਿਆ ਨਹੀਂ ਮੈਂ ਕਹਿੰਦਾ ਅਜੇ ਵੀ ਆਜੋ ਆਜੋ ਗੁਰੂ ਬਾਹਾਂ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋਡੀਏ ਗੁਰੂ ਕਹਿੰਦਾ ਜਿੰਨੂੰ ਮੈਂ ਬੱਝੀ ਮੈਂ ਬਾਹ ਫੜ ਲਈ ਮੇਰਾ ਪਿਓ ਕਹਿੰਦਾ ਮੈਂ ਸਿਰ ਦੇ ਦੂੰ ਉਹਦੇ ਪਿੱਛੇ ਦੀ ਬਾਹ ਨਹੀਂ ਛੱਡਦਾ ਤੇ ਆ ਜਿਹੜੇ ਨੌਜਵਾਨ ਖੜੇ ਮੈਂ ਦਾਅਵੇ ਨਾਲ ਕਹਿੰਦਾ ਗੁਰੂ ਨੇ ਕਦੇ ਇਹਨਾਂ ਦੀ ਬਾਹ ਨਹੀਂ ਛੱਡਣੀ ਇਹਨਾਂ ਨੇ ਗੁਰੂ ਦਾ ਸਰੂੱਚਾ ਕੀਤਾ ਗੁਰੂ ਇਹਨਾਂ ਦੀ ਕਦੇ ਪੇਖ ਨਹੀਂ ਲੱਗਣ ਦਿੰਦਾ ਸੋ ਇਹਨੀਆਂ ਕੋਈ ਬੇਨਤੀਆਂ ਕਰਦਾ ਮੈਂ ਬੇਨਤੀ ਕਰਾਂਗਾ ਇਹਨਾਂ ਨੂੰ ਸਿਰ ਪਾਓ ਦੋ